ਜਿਨ੍ਹਾਂ ਨੇ ਟਰੈਕਟਰਾਂ ਰੋਸ ਮਾਰਚ ਕੱਢਿਆ ਆਓ ਉਹਨਾਂ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ। ਸਰ ਇਹ ਜਿਹੜਾ ਰੋਸ ਮਾਰਚ ਕੱਢਿਆ ਜਾ ਰਿਹਾ ਇਹਦਾ ਕੀ ਕਨੈਕਸ਼ਨ ਹੈ? ਹਾਂਜੀ ਇਹਦਾ ਕਨੈਕਸ਼ਨ ਇਹ ਆ ਵੀ ਜਿਹੜਾ 26 ਤਰੀਕ ਨੂੰ ਅਸੀਂ ਰਾਜਪਥ ਰੋਡ 'ਤੇ ਆਰਮੀ ਦੀ ਪਰੇਡ ਤੋਂ ਬਾਅਦ ਕਿਸਾਨਾਂ ਦੀ ਪਰੇਡ ਕਰਨ ਜਾ ਰਹੇ ਹਾਂ ਨਾ, ਉਹਦੇ ਸੰਬੰਧ ਵਾਸਤੇ ਅਸੀਂ ਲੋਕਾਂ ਨੂੰ ਲਾਮ ਬੰਦ ਕਰ ਰਹੇ ਹਾਂ ਕਿ ਉੱਥੇ ਵੱਧ ਤੋਂ ਵੱਧ ਪਹੁੰਚਿਆ ਜਾਵੇ। ਅੱਜ ਜਿਹੜੀ ਲੋਹੜੀ ਮਨਾਈ ਜਾ ਰਹੀ ਹੈ ਕਿਸਾਨਾਂ ਦੇ ਹੱਕ 'ਚ, ਕਿਸਾਨਾਂ ਦੇ ਸਮਰਥਨ 'ਚ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਾਲੀ ਲੋਹੜੀ ਮਨਾਈ ਜਾ ਰਹੀ ਹੈ। ਹਾਂਜੀ ਅਸੀਂ ਕਾਲੀ ਲੋਹੜੀ ਮਨਾ ਰਹੇ ਹਾਂ ਜੀ। ਅਸੀਂ ਜਿਹੜੇ ਇਹ ਕਾਲੇ ਕਾਨੂੰਨ ਇਹਨਾਂ ਨੇ 3 ਬਣਾਏ ਨੇ 2020 Act, ਉਹਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਅਸੀਂ ਲੋਹੜੀ ਮਨਾ ਰਹੇ ਹਾਂ। ਜਿੱਦਾਂ ਕਿ ਸੁਪਰੀਮ ਕੋਰਟ 'ਚ ਹੁਣ ਆਪਾਂ ਨੂੰ ਪਤਾ ਕਿ ਜਿਹੜੇ ਸੁਪਰੀਮ ਕੋਰਟ ਨੇ ਕਾਨੂੰਨ ਹੈ ਹੋਲਡ ਕਰ ਦਿੱਤੇ ਗਏ ਆ, ਉਹਦੇ ਬਾਰੇ ਸਰ ਤੁਸੀਂ ਕੀ ਕਹਿਣਾ? ਸੁਪਰੀਮ ਕੋਰਟ ਮੰਨ ਕੇ ਚੱਲੋ ਸਰਕਾਰ ਦੇ ਥੱਲੇ ਅੰਦਰੀ ਚੱਲ ਰਹੀ ਆ, ਉਹਦੇ 'ਚ ਸਾਨੂੰ ਕੋਈ ਵਿਸ਼ਵਾਸ ਨਹੀਂ ਗਾ। ਨਾ ਜਿਹੜੀ ਉਹਨਾਂ ਨੇ 4 ਮੈਂਬਰੀ ਕਮੇਟੀ ਬਣਾਈ ਆ, ਉਹਦੇ ਵਿੱਚ ਜਿਹੜੇ ਬੰਦੇ ਪਾਏ ਆ ਉਹਨਾਂ ਨੇ ਉਹੀ ਪਾਏ ਆ ਜਿਹੜੇ ਕਾਨੂੰਨ ਸਰਾਉਂਦੇ ਸੀਗੇ। ਇਸ ਲਈ ਅਸੀਂ ਉਸ ਫੈਸਲੇ ਨੂੰ ਨਹੀਂ ਮੰਨਦੇ, ਅਸੀਂ ਤਾਂ ਉਹਨਾਂ ਚਿਰ ਨਹੀਂ ਹਟਾਂਗੇ ਜਿੰਨਾ ਚਿਰ ਕਾਨੂੰਨ ਗਲਤ ਨਹੀਂ ਹੁੰਦੇ। ਜਿਵੇਂ ਕਿ ਦੇਖਿਆ ਜਾਂਦਾ ਕਿ ਕਾਰਪੋਰੇਟ ਘਰਾਣਿਆਂ ਦੇ ਨਾਲ ਦਾ ਨਾਂ ਬੜਾ ਆ ਰਿਹਾ, ਅਡਾਨੀ ਅੰਬਾਨੀ ਦਾ ਨਾਂ ਜੁੜਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਹਾਂਜੀ ਬਿਲਕੁਲ, ਇਹਦਾ ਜੀ ਇੱਕ ਜਿੱਦਾਂ ਆਪਣੇ ਆਜ਼ਾਦੀ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਆਈ ਸੀ, ਉਹਨਾਂ ਨੇ ਆ ਕੇ ਹੌਲੀ ਹੌਲੀ ਸਾਰੇ ਭਾਰਤ 'ਤੇ ਕਬਜ਼ਾ ਕਰ ਰਿਹਾ ਸੀ, ਇਹ ਉਸਦੀ ਸ਼ੁਰੂਆਤ ਹੋ ਰਹੀ ਹੈ ਜੀ। ਮੰਨ ਕੇ ਚੱਲੋ ਸ਼ੁਰੂਆਤ ਤਾਂ ਹੋਈ ਚੁੱਕੀ ਆ, ਬਸ ਕੁਝ ਸਮਾਂ ਹੀ ਆ, ਅਸੀਂ ਦੁਬਾਰਾ ਗੁਲਾਮ ਹੋ ਜਾਵਾਂਗੇ ਜੇਕਰ ਇੱਦਾਂ ਹੀ ਚੱਲਦਾ ਰਿਹਾ। ਜਿਹੜੇ ਕੱਢਿਆ ਜਾ ਰਹੇ ਆ ਆਪਣਾ ਕੀ ਕਹਿੰਦੇ ਆ ਮਾਰਚ, ਜਿਹੜਾ ਤੁਹਾਡਾ ਟਰੈਕਟਰ ਮਾਰਚ, ਕਿਹੜੇ ਪਿੰਡ ਦਾ ਕੱਢਿਆ ਜਾ ਰਿਹਾ? ਕੋਠੇ ਬੱਬੂ ਦਾ। ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੋਦੀ ਦੇ? ਜਿਹੜਾ ਇਹ ਕਹਿੰਦੇ ਆ ਵੀ ਇਹਨੇ ਸੁਪਰੀਮ ਕੋਰਟ ਨੇ ਕਾਨੂੰਨ ਜਿਹੜੇ ਆ ਹੋਲਡ ਕਰਤੇ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਤੇ ਜੇ ਰੱਦ ਨਹੀਂ ਹੁੰਦੇ ਕਾਨੂੰਨ ਦਾ? ਠੀਕ ਹੈ ਜੀ। ਦਰਸ਼ਕੋ ਤੁਸੀਂ ਜਿਵੇਂ ਦੇਖਿਆ ਕਿ ਕੋਠੇ ਬੱਗੂ ਦੇ ਕਿਸਾਨ ਨੇ ਜਿਹੜੇ ਉਹ ਟਰੈਕਟਰ ਮਾਰਚ ਕੱਢ ਰਹੇ ਨੇ 26 ਤਰੀਕ ਨੂੰ, ਜਿਹੜੀ ਇਹਨਾਂ ਨੇ ਪਰੇਡ ਕਰਨੀ ਹੈ। ਮੈਂ ਕੈਮਰਾਮੈਨ ਜਸਵਿੰਦਰ ਸਿੰਘ ਡਾਂਗੀਆਂ ਦੇ ਨਾਲ, ਪੱਤਰਕਾਰ ਰਜਤ ਦਾਨਾ, RG24 ਨਿਊਜ਼ ਚੈਨਲ, ਧੰਨਵਾਦ।